ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ। ਸੰਗਤ ਨਾਲ ਜ਼ਰੂਰੀ ਗੱਲ ਕਰਨੀ ਸੀ, ਪਹਿਲਾਂ ਤਾਂ ਨਹੀਂ ਕੀਤੀ ਵੀ ਅਕਾਲ ਤਖਤ ਸਾਹਿਬ ਦਾ ਮਸਲਾ ਚੱਲਦਾ ਸੀ, ਅਸੀਂ ਵਿੱਚ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਸੀਗੇ ਵੀ ਲੋਕ ਜਿਹੜਾ ਸੰਗਤ ਦਾ ਧਿਆਨ ਭੜਕੇ ਨਾ। ਮੇਰੀ ਅਤੇ ਇੱਕ ਬਾਬੇ ਰਵਿੰਦਰ ਸਿੰਘ ਜੋਨੀ ਦੀ ਵੀ ਜਿਹੜੀ ਹੈਗੀ ਰਿਕਾਰਡਿੰਗ ਵਾਇਰਲ ਹੋ ਰਹੀ ਆ, ਉਹ ਕਾਲ ਰਿਕਾਰਡਿੰਗ ਨਹੀਂ ਹੈ, ਅਸਲ ਦੇ ਵਿੱਚ ਸਾਰੀ ਗੱਲਬਾਤ ਸੁਣ ਲਿਓ ਧਿਆਨ ਨਾਲ, ਫਿਰ ਉੱਥੇ ਜੋ ਸੰਗਤ ਫੈਸਲਾ ਕਰੂਗੀ ਉਹ ਆਪਦੇ ਦਿਮਾਗ ਦੇ ਨਾਲ ਜਾਂ ਆਪਦੀ ਸੋਝੀ ਅਨੁਸਾਰ ਕਰ ਲਿਓ। ਇੱਕ ਮਹੀਨਾ ਪਹਿਲਾਂ ਜਦੋਂ ਚਰਨ ਘਾਟ ਵਾਲਾ ਬਲਜਿੰਦਰ ਸਾਧ ਚੱਕਦੇ ਹਾਂ, ਉੱਥੋਂ ਇਹ ਗੱਲ ਸ਼ੁਰੂ ਹੁੰਦੀ ਆ। ਬਲਜਿੰਦਰ ਬਾਬੇ ਬਾਰੇ ਜਦੋਂ ਸਾਨੂੰ ਸਾਰਾ ਕੁਛ ਪਤਾ ਲੱਗ ਜਾਂਦਾ ਅਤੇ ਅਸੀਂ ਉਹਦੇ ਡੇਰੇ 'ਚ ਉੱਥੇ ਜਦੋਂ ਜਾਂਦੇ ਹਾਂ ਅਤੇ ਬਾਹਰ ਨਾਨਕਸਰ ਠਾਠ ਲਿਖਿਆ ਪੜ੍ਹਦੇ ਹਾਂ, ਫਿਰ ਮੈਂ ਸੋਚਿਆ ਵੀ ਆਪਾਂ ਨਾਨਕਸਰੀਆਂ ਬਾਰੇ ਕੋਲ ਵੀ ਕੋਈ ਗੱਲਬਾਤ ਕਰੀਏ ਵੀ ਇਹਦੀ ਸਜ਼ਾ ਤੁਸੀਂ ਦਿਓ ਇਹਨੂੰ ਅਤੇ ਸੰਗਤ ਜੇ ਵਿੱਚ ਜ਼ਾਹਰ ਕਰੋ ਵੀ ਇਹਨੇ ਇਹ ਕਸੂਰ ਕੀਤਾ। ਨਾਨਕਸਰ ਦੇ ਕਿਸੇ ਵੀ ਬੰਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਸੀ, ਅਤੇ ਮੈਂ ਕੀ ਕੀਤਾ ਉਸ ਦਿਨ ਬਾਬੇ ਜੋਨੀ ਨੂੰ ਫੋਨ ਲਾਇਆ, ਉਹ ਫੋਨ ਨਹੀਂ ਚੱਕਿਆ, ਫਿਰ ਲਾਇਆ, ਫਿਰ ਉਹਨਾਂ ਨੇ ਚੱਕਿਆ ਅਤੇ ਉਹ ਕਹਿੰਦੇ ਮਹਾਰਾਜ ਵੀ ਅਸੀਂ ਰਜਨੀ ਫਿਲਮ ਵੇਖਣ ਵਾਸਤੇ ਆਏ ਹੋਏ ਹਾਂ। ਇਹ ਅਸਲ ਗੱਲ ਆ, ਸੱਚ ਆ, 1% ਵੀ ਇੱਧਰ ਉੱਧਰ ਕੋਈ ਗੱਲਬਾਤ ਨਹੀਂ ਹੋਊਗੀ। ਅਸੀਂ ਫਿਰ ਮੋਗੇ ਜਾਂਦੇ ਹਾਂ ਜਦੋਂ, ਅਤੇ ਬਾਬੇ ਰਵਿੰਦਰ ਸਿੰਘ ਜੋਨੀ ਨੂੰ ਉੱਥੋਂ ਸਿਰਮੇ ਦੇ ਵਿੱਚੋਂ ਲੈ ਲੈਂਦੇ ਹਾਂ। ਰਾਹ ਦੇ ਵਿੱਚ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਵੀ ਆਹ ਕੁਛ ਹੋਇਆ ਅਤੇ ਆਹ ਇਹਦੇ ਪਰੂਫ ਨੇ। ਸਾਡੇ ਮਨ ਦੇ ਵਿੱਚ ਇਹ ਸੀ ਵੀ ਬਾਬਾ ਰਵਿੰਦਰ ਸਿੰਘ ਜੋਨੀ ਵੀ ਸਾਡੇ ਨਾਲ ਸਹਿਮਤ ਹੋਊਗਾ ਅਤੇ ਆਪਾਂ ਇਹਨੂੰ ਉੱਥੇ ਹੀ ਸਜ਼ਾ ਦੇਵਾਂਗੇ, ਸੋਧਾ ਲਾਵਾਂਗੇ ਇਹਦਾ, ਬਾਬੇ ਝਰਨ ਘਾਟ ਵਾਲੇ ਸਾਹ ਦਾ। ਪਰ ਜਦੋਂ ਉੱਥੇ ਗੱਲਬਾਤ ਜਾਂਦੀ ਆ ਅਤੇ ਉੱਥੇ ਗੱਲਬਾਤ ਇਹ ਆ ਜਾਂਦੀ ਜਿਵੇਂ ਆਮ ਹੀ ਹੁੰਦਾ ਗਾ ਵੀ ਅਸਥਾਨ ਦੀ ਬੇਅਦਬੀ ਹੋਊ, ਮਹਾਂਪੁਰਖਾਂ ਦੀ ਬੇਇੱਜ਼ਤੀ ਹੋਊਗੀ ਵੀ ਤੁਸੀਂ ਐਂ ਨਾ ਕਰੋ, ਗੱਲ ਕਰਦੇ ਕਰਦੇ ਜਿਹੜਾ ਹੈਗਾ ਵੀ ਇਹ ਗੱਲ ਪੈਸਿਆਂ 'ਤੇ ਆ ਜਾਂਦੀ ਆ, ਜਿਹੜੀ ਗੱਲ ਅਸੀਂ ਕਈ ਵਾਰ ਸਪੀਚ 'ਚ ਵੀ ਆਖੀ ਆ, ਇੰਟਰਵਿਊ 'ਚ ਵੀ ਆਖੀ, ਇਹ ਤੋਂ ਕੁਝ ਮੁਨਕਰ ਨਹੀਂ ਹੋ ਸਕਦਾ। ਅਤੇ ਅਸੀਂ ਜਦੋਂ ਮੈਂ ਸਿੰਘਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਬਾਈ ਵੀ ਜੇ ਆਪਾਂ ਇਹਨੂੰ ਕਹਿ ਦੇਈਏ ਵੀ ਜਵਾਬ ਦੇ ਦੇਈਏ ਫਿਰ ਇਹ ਗੱਲ ਇੱਥੇ ਮੁੱਕ ਜਾਣੀ ਆ, ਅਤੇ ਐਂ ਕਰੋ ਇਹਨੂੰ ਕਹਿ ਵੀ ਚਲੋ ਆਪਾਂ ਕੱਲ੍ਹ ਨੂੰ ਗੱਲ ਕਰਦੇ ਹਾਂ, ਜਿਹੜੀ ਗੱਲ ਪੈਸਿਆਂ ਦੀ ਉੱਥੇ ਉਹਨੇ 10 ਲੱਖ ਰੁਪਇਆ ਬਾਬੇ ਨੇ ਕਿਹਾ ਸੀ। ਬਾਬਾ ਜੋਨੀ ਉਦੋਂ ਵਿੱਚ ਬੈਠਾ ਸੀ ਉੱਥੇ, ਅਤੇ ਜਦੋਂ ਅਸੀਂ ਆ ਜਾਂਦੇ ਅਤੇ ਅਗਲੇ ਦਿਨ ਅਸੀਂ ਉਸੇ ਗੱਲ ਕਰਨ ਦੁਬਾਰਾ ਗੱਲ ਕਰਨ ਦੇ ਬਹਾਨੇ, ਸਾਡੇ ਕੋਲ ਹੋਰ ਕੋਈ ਬਹਾਨਾ ਨਹੀਂ ਸੀਗਾ ਬਾਬੇ ਨੂੰ ਉੱਥੋਂ ਆਪਦੇ ਡੇਰੇ 'ਚੋਂ ਕੱਢਣ ਦਾ, ਬਾਹਰ ਲਿਆ ਕੇ ਜਦੋਂ ਉਹਦੇ ਨਾਲ ਅਸੀਂ ਉਹ ਜਿਹੜੀ ਗੱਲ ਹੋਈ ਦੀਪਕ ਢਾਬੇ 'ਤੇ ਜਾਂ ਗਾਂਹ ਲਿਜਾ ਕੇ ਅਸੀਂ ਉੱਥੇ ਇਹਨੂੰ ਫੈਕਟਰੀ ਦੇ ਵਿੱਚ ਕੁੱਟਿਆ, ਅਤੇ ਉਹ ਸਿਰਫ ਇੱਕ ਬਹਾਨਾ ਸੀਗਾ ਬਾਬੇ ਜੋਨੀ ਬਾਰੇ ਵੀ ਇਹ ਗੱਲਬਾਤ ਕਰਨ ਦਾ। ਅਤੇ ਉਦੋਂ ਬਾਅਦ ਅਸੀਂ ਜਿਹੜੀ ਹੈਗੀ ਗੱਲ ਸੰਗਤ ਦੇ ਵਿੱਚ ਰੱਖਤੀ, ਭਾਈ ਆਹ ਕੁਛ ਹੋਇਆ ਸੀ, ਆਹ ਕੁਛ ਕੀਤਾ। ਜੇ ਸਾਡੇ ਮਨ ਦੇ ਵਿੱਚ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਅਸੀਂ ਪੈਸੇ ਲੈ ਲੈਂਦੇ, ਜੇ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਅਸੀਂ ਪੈਸਿਆਂ ਲਈ ਹਾਂ ਕਰ ਦਿੰਦੇ, ਅਸੀਂ ਉਹਦੇ ਨਾਲ ਲਿਖ ਲਿਖਾ ਕਰਦੇ। ਪਰ ਅਸੀਂ ਸੰਗਤ ਨੂੰ ਨਹੀਂ ਇਸ ਗੱਲ ਦਾ ਪਤਾ ਸੀ, ਪਰ ਮਹਾਰਾਜ ਨੂੰ ਤਾਂ ਇਸ ਗੱਲ ਦਾ ਪਤਾ ਸੀ ਵੀ ਸਿੰਘ ਕਰਦੇ ਕੀ ਫਿਰਦੇ ਆ। ਜਦੋਂ ਇਹ ਸਾਰੀ ਗੱਲਬਾਤ ਹੁੰਦੀ ਆ, ਬਾਬਾ ਜੋਨੀ ਆਪਦੇ ਡੇਰੇ 'ਚ ਹੁੰਦਾ ਅਤੇ ਅਸੀਂ ਇਹਨੂੰ ਕੁੱਟ ਕੇ ਚਲੇ ਜਾਂਦੇ ਹਾਂ। ਜਦੋਂ ਗੱਲ ਪੁਲਿਸ ਕੋਲ ਆਉਂਦੀ ਹੈ ਅਤੇ ਬਾਬੇ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਚੱਕ ਲਿਆ ਜਾਂਦਾ ਚਰਨ ਘਾਟ ਵਾਲੇ ਨੂੰ, ਅਤੇ ਉਹਦਾ ਰਿਮਾਂਡ 'ਤੇ ਜਦੋਂ ਦੱਸਦਾ ਵੀ ਬਾਬਾ ਜੋਨੀ ਵੀ ਆਇਆ ਸੀ, ਅਤੇ ਬਾਬੇ ਜੋਨੀ ਨੂੰ ਪੁਲਿਸ ਲਾਉਂਦੀ, ਫੋਨ ਲਾਉਂਦੀ ਜਗਰਾਉਣ ਦੀ, ਅਤੇ ਸਾਡੇ 'ਤੇ ਵੀ ਉਸ ਟਾਈਮ ਪ੍ਰੈਸ਼ਰ ਇਹਨਾਂ ਨੇ ਫੋਨ ਲਾ ਲਾ ਕੇ ਇਸ ਗੱਲ ਦਾ ਦਬਾਅ ਸੀਗਾ ਵੀ ਜਿਹੜਾ ਹੈਗਾ ਵੀ ਸੋਨਾ ਦੇ ਪੈਸਾ ਲੈ ਕੇ ਗਏ ਉੱਥੋਂ, ਉਹ ਗੱਲ ਝੂਠੀ ਸੀਗੀ, ਤਾਂ ਹੀ ਇਹਦੇ 'ਤੇ ਕੋਈ ਗੱਲਬਾਤ ਅੱਗੇ ਵਧੀ ਨਹੀਂ। ਸਾਡੇ ਕੋਲ ਇੱਕ ਬੰਦਾ ਸੀਗਾ ਜਿਹੜਾ MLA ਉੱਥੇ ਜਗਰਾਉਣ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਅਤੇ ਉਹ ਕਹਿੰਦਾ ਬਾਬਾ ਜੀ ਇਹ ਗੱਲਬਾਤ ਇੱਦਾਂ ਹੋਣੀ ਨਹੀਂ ਹੈਗੀ, ਅਤੇ ਉਹ ਕਹਿੰਦੇ ਮਾੜੀ ਮੋਟੀ ਸੇਵਾ ਪਾਣੀ ਕਰੋ, ਅਤੇ ਇਹਨਾਂ ਨੇ ਜਿਹੜਾ ਹੈਗਾ ਵੀ ਆਪਣੇ ਤੋਂ ਲੈ ਕੇ 1 ਲੱਖ ਰੁਪਈਆ, ਅਤੇ ਜਦੋਂ ਦੇਣ ਚੱਲੇ ਸੀ ਉਦੋਂ ਹੀ ਬਾਬੇ ਜੋਨੀ ਦਾ ਫੋਨ ਆ ਗਿਆ, ਕਹਿੰਦੇ ਮਹਾਰਾਜ ਵੀ ਮੈਨੂੰ ਫੋਨ ਆਇਆ ਜਗਰਾਉਣ ਤੋਂ ਵੀ ਉਹ ਕਹਿੰਦੇ ਵੀ ਤੁਹਾਨੂੰ ਸਾਰੀ ਗੱਲ ਦਾ ਪਤਾ ਵੀ ਤੁਸੀਂ ਆਓ, ਅਤੇ ਮੈਂ ਕਿਹਾ ਤੁਸੀਂ ਜਾ ਵੜੋ। ਕਹਿੰਦਾ ਬਾਬਾ ਜੀ ਮੈਂ ਕੀਰਤਨ ਕਰਨ ਵਾਲਾ ਬੰਦਾ, ਮੈਨੂੰ ਇਸ ਗੱਲ ਵਿੱਚ ਨਾ ਘੜੀ ਸੋ, ਕਿਸੇ ਹਿਸਾਬ ਨਾਲ ਤੁਸੀਂ ਹੱਲ ਕਰੋ। ਫਿਰ ਅਸੀਂ ਉਸ ਬੰਦੇ ਨਾਲ ਹੀ ਗੱਲਬਾਤ ਕਰਦੇ ਵੀ ਜਦੋਂ ਤੁਸੀਂ ਪੈਸੇ ਦੇਣ ਚੱਲੇ ਹਾਂ ਤਾਂ ਉਹਨੂੰ ਕਹਿ ਦਿਓ ਵੀ ਬਾਬੇ ਜੋਨੀ ਨੂੰ ਵੀ ਫੋਨ ਨਾ ਲਾਇਓ, ਅਤੇ ਉਹ ਗੱਲ ਉੱਦਾਂ ਹੀ ਹੋਈ, ਬਾਬੇ ਜੋਨੀ ਨੂੰ ਮੁੜ ਕੇ ਕਦੇ ਫੋਨ ਨਹੀਂ ਗਿਆ। ਫਿਰ ਅਸੀਂ ਜਦੋਂ ਵਾਪਸ ਮੋਗੇ ਆਉਂਦੇ ਹਾਂ ਅਤੇ ਮੈਂ ਕਿਹਾ ਯਾਰ ਮੋਗੇ ਤਾਂ ਐਂ ਹੀ ਆਏ ਹਾਂ, ਬਾਬੇ ਜੋਨੀ ਦਾ ਹਾਲ ਚਾਲ ਪੁੱਛ ਲੱਗੇ ਵੀ ਉਹ ਡਰ ਗਿਆ ਸੀ, ਅਤੇ ਜਦੋਂ ਉਹਦਾ ਹਾਲ ਚਾਲ ਪੁੱਛਣ ਲੱਗੇ ਅਤੇ ਮੈਂ ਚੱਲਿਆ ਸੀ, ਅਤੇ ਮੈਨੂੰ ਕਹਿੰਦੇ ਕਿੱਧਰ ਚੱਲੇ, ਮੈਂ ਕਿਹਾ ਮੇਰਾ ਪ੍ਰੋਗਰਾਮ ਆ ਤਲਵਣ ਉਦੇ ਸਿੰਘ ਮਿਲੇ ਸੀ, ਅਤੇ ਉਹ ਕਹਿੰਦੇ ਇਸ ਦੁਕਾਨਾਂ 'ਤੇ ਆਏ, ਮੈਂ ਚੱਲਿਆ। ਕਹਿੰਦੇ ਮੇਰਾ ਵੀ ਉੱਥੇ ਪ੍ਰੋਗਰਾਮ ਹੈ ਵੀ ਆਪਾਂ ਇਕੱਠੇ ਚੱਲੀਏ, ਮੈਂ ਕਿਹਾ ਚਲੋ ਠੀਕ ਆ ਬਾਬਾ ਜੀ ਚੱਲ ਵੜਦੇ ਹਾਂ, ਕੋਈ ਚੱਕਰ ਨਹੀਂ, ਆਪਾਂ ਪਹਿਲਾਂ ਵੀ ਸਮਾਗਮਾਂ 'ਤੇ ਇਕੱਠੇ ਹੁੰਦੇ ਹਾਂ। ਉਸ ਸਮਾਗਮ 'ਤੇ ਜਾਂਦੇ ਹੋਏ ਇਹਨਾਂ ਦੇ ਜੱਥੇ ਵੱਲੋਂ ਜਾਂ ਇਹਨਾਂ ਵੱਲੋਂ ਕਿਸੇ ਵੱਲੋਂ ਉਹ ਗੱਲਬਾਤ ਸਾਡੀ ਗੱਡੀ ਦੀ ਰਿਕਾਰਡਿੰਗ ਕੀਤੀ ਗਈ ਆ, ਗੱਡੀ ਦੇ ਵਿੱਚ ਰਿਕਾਰਡਿੰਗ ਦੇ ਵਿੱਚ
ਕਿਸੇ ਕੇਸ ਨੂੰ ਲੈ ਕੇ ਮੈਂ ਸਮਝੌਤੇ ਦੀ ਗੱਲ ਕੀਤੀ ਹੋਵੇ, ਕਿਸੇ ਧੀ ਭੈਣ ਦੇ ਕੇਸ ਦਾ ਮੈਂ ਸੌਦਾ ਕੀਤਾ ਹੋਵੇ, ਪੰਥ ਦਾ ਮੈਂ ਉੱਥੇ ਨੁਕਸਾਨ ਕੀਤਾ ਹੋਵੇ, ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਉੱਥੇ ਇੱਦਾਂ ਦੀ ਗੱਲਬਾਤ ਕਹੀ ਹੋਵੇ ਵੀ ਜਿਹਦੇ ਵਿੱਚ ਬਾਣੇ ਦੀ ਬੇਇੱਜ਼ਤੀ ਜਾਂ ਪੰਥ ਦਾ ਨੁਕਸਾਨ ਹੁੰਦਾ ਹੋਵੇ ਅਤੇ ਮੈਂ ਕਸੂਰਵਾਰ ਹਾਂ। ਉਸ ਵੀਡੀਓ ਦੇ ਵਿੱਚ ਆਡੀਓ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹਨੂੰ ਮੈਂ ਵਿਸਥਾਰ ਨਾਲ ਦੱਸ ਦਿੰਦਾ। ਪਹਿਲੋਂ ਬਾਬੇ ਜੋਨੀ ਦਾ ਹੀ ਸਵਾਲ ਹੁੰਦਾ ਵੀ ਜੇ ਕੋਈ ਪ੍ਰਚਾਰਕ ਬੰਦਾ ਇੱਦਾਂ ਦੀ ਰੇਪ ਦੀ ਘਿਨੌਣੀ ਹਰਕਤ ਕਰੇ ਕੀ ਕਰੋਗੇ। ਉਹਦੇ ਵਿੱਚ ਇਹੀ ਜਵਾਬ ਸੀਗਾ ਵੀ ਇਹਨਾਂ ਨੂੰ ਫੜਨਾ ਔਖਾ ਹੁੰਦਾ ਵੀ ਮੰਨ ਲਓ ਕਿਸੇ ਬੰਦੇ ਦਾ ਆਪਾਂ ਨਾਂ ਲੈ ਤਾ, ਉਹਦਾ ਤੁਸੀਂ ਪ੍ਰੋਗਰਾਮ ਬੁੱਕ ਕਰਾਓ, ਜਦੋਂ ਪ੍ਰੋਗਰਾਮ ਲਾਉਣ ਆਊਗਾ ਪ੍ਰਸ਼ਾਦਾ ਆਪਣੇ ਕਿਸੇ ਬੰਦੇ ਦੇ ਘਰ ਰੱਖੋ ਅਤੇ ਉਹਨੂੰ ਉੱਥੇ ਲੈ ਲਓ ਅਤੇ ਉਹਦੀ ਸਰਵਿਸ ਕਰ ਦਿਓ, ਬਸ ਇਹ ਇੱਕ ਸੌਖਾ ਤਰੀਕਾ। ਦੂਜੀ ਗੱਲ ਉਹਨਾਂ ਨੂੰ ਦਿੰਦੇ ਹਾਂ, ਅਸੀਂ ਇਹ ਦੱਸਦੇ ਹਾਂ, ਇੱਕ ਭੈਣ ਆ ਕੋਈ, ਉਹ ਡੁਬਈ ਗਈ ਹੋਈ ਆ, ਜਿਹਦੀਆਂ ਰਿਕਾਰਡਿੰਗਾਂ ਗਾਂ ਬਾਬਿਆਂ ਦੀਆਂ ਰਿਕਾਰਡਿੰਗਾਂ ਉਹਦੇ ਨਾਲ ਸਾਡੇ ਕੋਲ ਆਈਆਂ। ਉਹ ਕਹਿੰਦੇ ਵੀ ਉਸ ਮਸਲੇ ਦਾ ਜਵਾਬ ਜਿਹੜਾ ਤੁਸੀਂ ਦੂਜਾ ਕਹਿੰਦੇ ਸੀ ਵੀ ਦੂਜਾ ਬਾਬਾ, ਮੈਂ ਕਿਹਾ ਸੀ ਅਸੀਂ ਪਰਿਵਾਰ ਨਾਲ ਪੂਰੀ ਵਾਹ ਲਾ ਲਈ ਪਰ ਪਰਿਵਾਰ ਕਹਿੰਦਾ ਅਸੀਂ ਪੁਲਿਸ ਕਾਰਵਾਈ ਨਹੀਂ ਕਰਾਉਣੀ, ਪਰ ਅਸੀਂ ਬਾਬੇ ਨੂੰ ਬਾਬੇ ਦੇ ਕੁੱਟ ਪਵਾਉਣੀ ਚਾਹੁੰਦੇ ਹਾਂ ਵੀ ਸਾਡੀ ਧੀ ਦੇ ਨਾਲ ਉਹਨੇ ਇਹ ਗੱਲਬਾਤ ਕੀਤੀ ਆ। ਉਹਦੇ ਵਿੱਚ ਮੈਂ ਕਿਸੇ ਨੂੰ ਬਲੈਕਮੇਲ ਨਹੀਂ ਕਰ ਰਿਹਾ ਹੈਗਾ, ਇਹ ਹੱਦ ਹੋ ਗਈ ਬੇਸ਼ਰਮੀ ਦੀ ਤੁਹਾਡੇ ਇਹ ਰਿਕਾਰਡਿੰਗ ਲੀਕ ਕਰਨ ਵਾਲੇ ਅਤੇ ਜਾਂ ਉੱਤੇ ਫੋਟੋ ਦੇ ਲਿਖਣ ਵਾਲੇ ਵੱਲੋਂ ਵੀ ਮੈਂ ਇਹ ਟਰੈਪ ਲਾਉਂਦਾ ਜਾਂ ਬਲੈਕਮੇਲ ਕਰਦਾ। ਉਸ ਭੈਣ ਨੇ ਸਾਨੂੰ ਇਹ ਗੱਲਬਾਤ ਦੱਸੀ, ਇਹ ਰਿਕਾਰਡਿੰਗ ਸਾਡੇ ਕੋਲ ਆ ਵੀ ਵੀਰੇ ਵੀ ਮੈਨੂੰ ਇਹਨਾਂ ਵੱਲੋਂ ਦੋ ਵਾਰੀ ਪ੍ਰੈਗਨੈਂਟ ਕਰ ਦਿੱਤਾ ਗਿਆ ਸੀ ਅਤੇ ਮੈਨੂੰ ਇੱਥੇ ਬਲੈਕਮੇਲ ਕਰਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਰੱਖ ਕਰ ਰਹੇ ਸੀ ਅਤੇ ਮੈਂ ਇੰਡੀਆ ਛੱਡਤਾ ਸੀ ਅਤੇ ਹੁਣ ਮੈਂ ਬਾਹਰ ਆ ਕੇ ਬਹਿ ਗਈ ਹਾਂ ਅਤੇ ਮੈਂ ਚਾਹੁੰਦੀ ਇਹਨਾਂ ਨੂੰ ਸਜ਼ਾ ਮਿਲੇ ਅਤੇ ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ, ਇੱਕ ਵਾਰੀ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਧੱਕਾ ਕੀਤਾ, ਇੱਕ ਵਾਰੀ ਮੈਨੂੰ ਹੋਟਲ 'ਚ ਲੈ ਕੇ ਗਿਆ ਬਾਬਾ, ਅਤੇ ਮੈਂ ਉੱਥੇ ਕਿਹਾ ਸੀ ਵੀ ਕੁੜੀ ਨੂੰ ਬਾਹਰੋਂ ਸੱਦਣਾ, ਪਰਮਿਟ ਪੁਰਮਿਟ ਦਾ ਰੌਲਾ 2-2.5 ਲੱਖ ਰੁਪਇਆ ਲੱਗਣਾ, ਉਹ ਗੱਲ ਤੁਸੀਂ ਦੁਬਾਰਾ ਸੁਣ ਲਿਓ, ਮੈਂ ਇਹ ਗੱਲ ਆਖੀ ਸੀ ਵੀ ਕੋਲੋਂ ਲਾਵਾਂਗੇ ਭਾਵੇਂ ਫੜ ਕੇ ਲਾਉਣੇ ਪੈਣ, ਅਸੀਂ ਮਸ਼ਹੂਰ ਨਹੀਂ ਹੋਣਾ ਚਾਹੁੰਦੇ। ਉਹਦੇ ਵਿੱਚ ਇਹ ਵੀ ਗੱਲ ਆਖੀ ਸੀ ਵੀ ਮੈਂ ਇਹ ਨਹੀਂ ਕਿਹਾ ਵੀ ਮੈਂ ਮਸ਼ਹੂਰ ਹੋਣਾ ਚਾਹੁੰਦਾ, ਮੈਂ ਕਿਹਾ ਸੀ ਉਸ ਭੈਣ ਨੂੰ ਅਸੀਂ ਗੱਡੀ ਦੇ ਵਿੱਚ ਬਾਵਾਂਗੇ, ਬਾਬੇ ਦੇ ਆਹਮੋ ਸਾਹਮਣੇ ਕਰਾਵਾਂਗੇ, ਹੋ ਸਕਦਾ ਗੱਲ ਝੂਠੀ ਹੋਵੇ। ਜਦੋਂ ਕੁੜੀ ਨੇ ਆ ਕੇ ਕਹਿਤਾ ਵੀ ਬਾਬੇ ਨੇ ਇਸ ਨੇ ਮੇਰੇ ਨਾਲ ਰੇਪ ਕੀਤਾ ਅਤੇ ਬਾਬੇ ਨੇ ਤਾਂ ਡਰ ਜਾਣਾ ਉਦੋਂ ਹੀ, ਜਦੋਂ ਬਾਬੇ ਨੇ ਐਕਸੈਪਟ ਕਰ ਲਿਆ ਵੀ ਹਾਂ ਮੇਰੇ ਤੋਂ ਗਲਤੀ ਹੋਈ ਆ, ਉਦੋਂ ਕੁੱਟਾਂਗੇ। ਮੈਂ ਕਿਹਾ ਸੀ ਫਿਰ ਲੱਤਾਂ ਬਾਹਾਂ ਤੋੜਾਂਗੇ, ਮੈਂ ਗਲਤੀ ਕੀਤੀ ਹੈ ਕੋਈ, ਮੈਂ ਪੰਥ ਨੂੰ ਪਿੱਠ ਦਿਖਾਤੀ। ਮੈਂ ਤਾਂ ਉੱਥੇ ਇਹ ਗੱਲ ਵੀ ਬਾਤ ਵੀ ਆਖੀ ਆ ਵੀ ਜੇ ਕਿਸੇ ਕੇਸ ਨੂੰ ਹੱਲ ਕਰਨ ਚੱਲੇ ਹਾਂ ਨਾ, ਕਿਸੇ ਰੇਪ ਕੇਸ ਨੂੰ, ਅਸੀਂ ਇਹ ਸਮਝ ਕੇ ਜਾਂਦੇ ਹੁੰਦੇ ਵੀ ਰੇਪ ਸਾਡੀ ਭੈਣ ਦਾ, ਸਾਡੀ ਧੀ ਦਾ, ਸਾਡੀ ਬੱਚੀ ਦਾ ਹੋਇਆ, ਫਿਰ ਸਾਨੂੰ ਵੱਧ ਗੁੱਸਾ ਚੜ੍ਹਦਾ ਅਤੇ ਫਿਰ ਹੀ ਬੰਦੇ ਕੁੱਟੇ ਜਾਂਦੇ। ਇਹ ਗੱਲਬਾਤ ਰਿਕਾਰਡਿੰਗ ਦੇ ਵਿੱਚ ਆ, ਅਸੀਂ ਕਿਸੇ ਨੂੰ ਇਹਦੇ 'ਚ ਪੰਥ ਦਾ ਕੀ ਨੁਕਸਾਨ ਆ ਭਾਈ। ਕੁੜੀ ਪੁਲਿਸ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਵੀ ਸਾਨੂੰ ਗਾਂਹ ਜਾ ਕੇ ਪ੍ਰੋਬਲਮ ਆਊਗੀ ਮੇਰੇ ਰਿਸ਼ਤੇ ਕਰਾਉਣ 'ਚ ਜਾਂ ਮੇਰੇ ਪਰਿਵਾਰ ਜਾਂ ਰਿਸ਼ਤੇਦਾਰਾਂ 'ਚ, ਪਰ ਮੈਂ ਚਾਹੁੰਦੀ ਹਾਂ ਵੀ ਮੇਰੇ ਨਾਲ ਧੱਕਾ ਹੋਇਆ ਅਤੇ ਤੁਸੀਂ ਮੈਨੂੰ ਇਨਸਾਫ ਦਿਓ। ਸਿੰਘਾਂ ਕੋਲ ਆਈ ਹੋਵੇ ਕੋਈ ਧੀ, ਉਹਦੇ ਨਾਲ ਹੋਇਆ ਹੋਵੇ ਗੁਰੂ ਘਰ ਦੇ ਵਿੱਚ ਰੇਪ, ਅਤੇ ਅਸੀਂ ਉਹਦਾ ਇਨਸਾਫ ਦੇਣ ਦੀ ਗੱਲਬਾਤ ਕਰਕੇ ਵੀ ਉਸ ਦੁਸ਼ਟ ਪਾਪੀ ਦੀਆਂ ਲੱਤਾਂ 'ਤੇ ਬਾਹਾਂ ਤੋੜਨ ਦੀ ਗੱਲ ਉਸ ਰਿਕਾਰਡਿੰਗ ਦੇ ਵਿੱਚ ਕਰਕੇ ਅਸੀਂ ਗੁਨਾਹਗਾਰ ਹੋ ਗਏ। ਫਿਰ ਹੋਰ ਉਹਦੇ 'ਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਉਹ ਚਰਨ ਘਾਟ ਵਾਲੇ ਬਾਬੇ ਨੂੰ ਕਿਵੇਂ ਕਿਵੇਂ ਚੱਕਿਆ, ਕੀ ਕੀ ਗੱਲਬਾਤ ਹੋਈ ਆ, ਕੁੱਟਿਆ ਉੱਥੇ ਲਿਜਾ ਕੇ, ਉਹ ਤਾਂ ਮੈਂ ਮੀਡੀਆ ਦੇ ਵਿੱਚ ਵੀ ਬਿਆਨ ਦਿੱਤੇ, ਇਹਦੇ 'ਚ ਕੀ ਗਲਤੀ ਆ ਭਾਈ, ਦੱਸਿਆ ਉਹ ਚੱਕਿਆ ਤਾਂ ਚੱਕਿਆ, ਫਿਰ ਇਹਦੇ ਵਿੱਚ ਕੀ ਗਲਤੀ ਹੋ ਗਈ ਵੀ ਅਸੀਂ ਜੇ ਗੱਲਬਾਤ ਇਹ ਬਾਬੇ ਕੋਲ ਡਿਟੇਲ ਨਾ ਦੱਸਤੀ। ਅਸਲ ਦੇ ਵਿੱਚ ਸਾਡੀ ਪਿੱਠ 'ਤੇ ਸ਼ੁਰਾ ਵੱਜਿਆ ਸਿੰਘਾਂ ਜੀ ਦੇ ਵਿੱਚ ਵੀ ਅਸੀਂ ਇੱਕ ਦੁਮਾਨਾਂ 'ਤੇ ਜਾ ਰਹੇ ਹਾਂ, ਚਲੋ ਭਰੱਪੇ ਤੌਰ 'ਤੇ ਪੰਥਕ ਬੰਦੇ ਹਾਂ, ਇਕੱਠੇ ਹੋ ਕੇ ਜਾਂਦੇ ਹਾਂ, ਤਾਂ ਫਿਰ ਉਹਨਾਂ ਦੀ ਗਲਤੀ ਆ ਨਾ, ਗੱਡੀ ਦੇ ਵਿੱਚ ਮੇਰਾ ਤਾਂ ਕੋਈ ਸਾਥੀ ਨਹੀਂ ਸੀ, ਮੈਂ ਇਕੱਲਾ ਸੀ, ਅਤੇ ਮੇਰੀ ਇਹਨਾਂ ਨੇ ਰਿਕਾਰਡਿੰਗ ਕਰ ਲਈ ਬਾਬੇ ਜੋਨੀ ਨੇ ਜਾਂ ਜੋਨੀ ਦੇ ਬੰਦਿਆਂ ਨੇ, ਉਹਦੇ ਉੱਤੇ ਫੋਟੋ 'ਤੇ ਲਿਖਤਾ ਵੇਖ ਲਓ ਜੀ, ਇਹਦੀਆਂ ਕਾਲੀਆਂ ਕਰਤੂਤਾਂ, ਕਾਲੀਆਂ ਕਰਤੂਤਾਂ, ਕਾਲੀਆਂ ਕਰਤੂਤਾਂ ਤਾਂ ਹੁੰਦੀਆਂ ਪੰਥ ਅਤੇ ਸਿੱਖ ਇਸ ਗੱਲ ਨੂੰ ਸਮਝਣ। ਉਸ 23 ਮਿੰਟ ਦੀ ਰਿਕਾਰਡਿੰਗ ਦੇ ਵਿੱਚ ਜੇ ਮੈਂ ਉਹਦੇ ਨਾਲ ਕਿਹਾ ਬਾਬਾ ਸਾਨੂੰ ਪੈਸੇ ਦਿਖਾ ਦੇ, ਜੇ ਮੈਂ ਉਹਦੇ 'ਚ ਕਿਹਾ ਵੀ ਅਸੀਂ ਪੈਸੇ ਲੈ ਲਈਏ ਜਾਂ ਉਹਦੇ 'ਚ ਪੈਸੇ ਲੈ ਕੇ ਬੰਦਾ ਛੱਡਿਆ ਹੋਵੇ, ਅੱਜ ਤੱਕ ਮੈਂ ਇਹ ਗੱਲਬਾਤ ਕਹਿੰਦਾ ਵੀ ਕਿਸੇ ਵੀ ਮਸਲੇ ਦੇ ਵਿੱਚ ਕਿਸੇ ਬੰਦੇ ਨੇ 1 ਰੁਪਈਆ ਵੀ ਦਿੱਤਾ ਜਾਂ ਕਿਸੇ ਬੰਦੇ ਦੇ ਕੋਲੋਂ 1 ਰੁਪਈਆ ਵੀ ਮੰਗ ਕਰਕੇ ਬੰਦਾ ਛੱਡਿਆ ਤਾਂ ਸਾਡੇ ਤੋਂ ਛਿੱਤਰ ਮਾਰ ਦਿਓ। ਬਾਬਾ ਜੋਨੀ ਇਸ ਗੱਲ ਦਾ ਗਵਾਹ, ਇਹ ਗੱਲਾਂ ਬਾਤਾਂ ਸਾਰੇ ਕਰਦੇ ਸੀ ਵੀ ਜੇ ਉਹ 10 ਲੱਖ ਰੁਪਈਆ ਉਦੋਂ ਦਿੰਦਾ ਸੀ ਤੁਸੀਂ ਲੈ ਲੈਂਦੇ, 10 ਲੱਖ ਥੋੜ੍ਹਾ ਨਹੀਂ ਹੁੰਦਾ, ਅਸੀਂ ਛੱਡੇ ਆ ਪੈਸੇ, ਅਸੀਂ ਬਥੇਰੇ ਪੈਸੇ ਛੱਡੇ ਹੋਏ ਆ, ਅਸੀਂ ਕਿਸੇ ਤੋਂ ਕੁਛ ਨਹੀਂ ਲਿਆ ਗਾ। ਇਹ ਗੱਲਾਂ ਬਾਤਾਂ ਉਹ ਰਿਕਾਰਡਿੰਗ ਦੇ ਵਿੱਚ ਹੁੰਦੀਆਂ। ਫਿਰ ਬਾਬਾ ਸਾਡੇ ਨਾਲ ਗੱਲਬਾਤ ਕਰਦਾ, ਜਿਹੜੀ ਗੈਂਗਸਟਰਾਂ ਵਾਲੀ ਗੱਲਬਾਤ ਆਉਂਦੀ ਹੈ ਵੀ ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਆ, ਗੱਲਬਾਤ ਰਿਕਾਰਡਿੰਗ ਧਿਆਨ ਨਾਲ ਸੁਣ ਲਓ, ਉੱਤੇ ਲਿਖੀਆਂ ਹੋਈਆਂ ਗੱਲਾਂ 'ਤੇ ਗੌਰ ਨਾ ਕਰਿਆ ਕਰੋ, ਉਹ ਚੀਜ਼ਾਂ ਹੋਰ ਲਿਖੀਆਂ ਸਾਨੂੰ ਬਦਨਾਮ ਕਰਨ ਲਈ ਕੀਤੀਆਂ, ਉਹਦੀ ਵੀ ਤੁਹਾਨੂੰ ਡਿਟੇਲ ਮਿਲ ਜੂਗੀ। ਬਾਬਾ ਜੋਨੀ ਕਹਿੰਦਾ
फिर तो जी थोड़े गोल्डी बराड़ ना भी लिंक होणगे। मैं उहदे विच आख्या नहीं बाबा जी इन्हां नाल लिंक इदां भी मैं कहा भी पता की आ भी इहना बाबा जी फोन कॉल करके ना रिकॉर्ड करके शेयर कर देंदे भी साडे लिंक आ इस करके आपां किसे नाल कोई गलबात नहीं करते। आ गलबात आखी आ उत्थे ते इहदा प्रूफ आ थल्ले मैं हुण फोटो ला दिंदा। ਜਦੋਂ ਪ੍ਰੋਡਿਊਸਰ ਕੁੱਟ ਕੇ ਅਸੀਂ ਥੋੜ੍ਹਾ ਟਾਈਮ ਲੰਘਿਆ ਸੀ ਅਤੇ ਸਾਨੂੰ ਫੋਨ ਆਇਆ ਸੀ ਇੱਕ ਬਾਹਰਲੇ ਨੰਬਰ ਤੋਂ ਅਤੇ ਉਹ ਹਜੇ ਵੀ ਯੂਟਿਊਬ 'ਤੇ ਆ ਪਈ ਆ ਵੀ ਬਾਬੇ ਅੰਮ੍ਰਿਤਪਾਲ ਮਹਿਰੋਂ ਨੂੰ ਲੋਰੈਂਸ ਬਿਸ਼ਨੋਈ ਦੇ ਬੰਦੇ ਦਾ ਵਿਦੇਸ਼ ਤੋਂ ਆਈ ਕਾਲ। ਸਾਨੂੰ ਕੀ ਪਤਾ ਸੀ ਉਹ ਗੋਲਡ ਉਦੋਂ ਤਾਂ ਮੂਸੇ ਵਾਲਾ ਮਾਰਿਆ ਹੀ ਨਹੀਂ ਸੀ ਸਾਨੂੰ ਤਾਂ ਗੋਲਡੀ ਬਰਾਡ ਬਾਰੇ ਪਤਾ ਹੀ ਨਹੀਂ ਸੀ ਪਰ ਫਿਰ ਵੀ ਉਸ ਗੱਲ ਉਹ ਰਿਕਾਰਡਿੰਗ ਸਾਰੀ ਸੁਣ ਲਿਓ ਹਜੇ ਯੂਟਿਊਬ 'ਤੇ ਪਈ ਆ ਸੀ ਉਹ ਬੰਦੇ ਨੂੰ ਜਵਾਬ ਦਿੱਤਾ ਵੀ ਭਾਈ ਨਹੀਂ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਸੇ ਨਾਲ ਗੱਲਬਾਤ ਕਰਨ ਦਾ। ਆਹ ਗੱਲਬਾਤ ਮੈਂ ਉੱਥੇ ਤੁਹਾਨੂੰ ਤਾਂ ਆਖੀ ਆ ਵੀ ਇਹ ਗੱਲਾਂ ਰਿਕਾਰਡ ਕਰ ਲੈਂਦੇ ਆ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ। ਫਿਰ ਆਉਂਦੀ ਅਰਸ਼ ਦੀ ਗੱਲ। ਮੇਰਾ ਪਿੰਡ ਆ ਮਹਿਰੋਂ ਡਾਲੇ ਪਿੰਡ ਤੋਂ ਹੈਗਾ 2 ਕਿਲੋਮੀਟਰ ਪਿੰਡ ਗੱਲ ਕਰ ਰਿਹਾ 14 ਸਾਲ ਪੁਰਾਣੀ 15 ਮੈਂ ਨੌਰਥ ਵੈਸਟ ਪੜ੍ਹਦਾ ਹੁੰਦਾ ਸੀਗਾ ਢੁੱਡੀ ਕੇ ਕਾਲਜ ਨੌਨ ਮੈਡੀਕਲ ਦਾ ਮੈਂ ਸਟੂਡੈਂਟ ਰਿਹਾ ਵਾਂ। ਡਾਲੇ ਪਿੰਡ ਦੇ ਵਿੱਚ ਮੇਰੀ ਸੀਮਿੰਟ ਦੀ ਦੁਕਾਨ ਸੀ ਸਾਰੇ ਪਿੰਡ ਇਸ ਗੱਲ ਦੇ ਗਵਾਹ ਨੇ ਉੱਥੇ ਅਤੇ ਡਾਲੇ ਪਿੰਡ ਦਾ ਵਸਨੀਕ ਸੀ ਅਰਸ਼। ਵਿਦੇਸ਼ ਜਾਣ ਤੋਂ ਪਹਿਲਾਂ ਆ ਗੈਂਗਸਟਰ ਲੈਣ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਆਮ ਸਧਾਰਨ ਮੁੰਡਾ ਸੀ ਇੱਕ ਸਟੂਡੈਂਟ ਸੀ ਜਿੱਦਾਂ ਯਾਰ ਦੋਸਤ ਵਿਚਰਦੇ ਅਸੀਂ ਵਿਚਰੇ ਸੀ ਸਿਰਫ ਸਾਡੀ ਕੋਈ ਬਹੁਤਾ ਨਹੀਂ ਸੀ ਉਹਨਾਂ ਦੇ ਪਿਤਾ ਜੀ ਬਾਈ ਚਰਨਜੀਤ ਸਿੰਘ ਨਾਲ ਸਾਡਾ ਬਹੁਤ ਪ੍ਰੇਮ ਰਿਹਾ ਅਸੀਂ ਉੱਥੇ ਹਾਸਾ ਮਖੌਲ ਕਰਦੇ ਖੇਡਦੇ ਰਹੇ ਹਾਂ 14 ਸਾਲ ਪੁਰਾਣੀ ਗੱਲ ਆ ਇਹ। ਅਤੇ ਮੈਂ ਇਹ ਵੀ ਆਖਿਆ ਪੜ੍ਹਾਈ ਦੇ ਤੌਰ 'ਤੇ ਮੈਂ ਸੀਨੀਅਰ ਸੀ ਉਹਦਾ ਉਹ 10ਵੀਂ ਜਮਾਤ 'ਚ ਹੁੰਦਾ ਸੀ ਮੈਂ 11ਵੀਂ 'ਚ ਹੁੰਦਾ ਸੀ ਉਹ ਡਾਲੇ ਪੜ੍ਹਦਾ ਹੁੰਦਾ ਸੀ ਮੈਂ ਢੁੱਡੀ ਕੇ ਪੜ੍ਹਦਾ ਹੁੰਦੇ ਪਰ ਟਿਊਸ਼ਨ ਅਸੀਂ ਇਕੱਠੀ ਪੜ੍ਹੀ ਆ। ਅੱਜ 20 ਬੰਦੇ ਜਾਂਦੇ ਆ ਬਾਈ ਦਰਸ਼ਨ ਜਾਂਦਾ ਹਜੇ ਬਾਈ ਦਰਸ਼ ਵੋਟਾਂ 'ਤੇ ਮਿਲ ਕੇ ਆਇਆ ਬਾਈ ਦਰਸ਼ਨ ਨੇ ਵੀ ਵੀਡੀਓ ਦੇਖਣੀ ਸੀ ਬਾਈ ਦਰਸ਼ਨ ਕੋਲ ਮੈਂ ਮੈਥ ਦੀ ਟਿਊਸ਼ਨ ਪੜ੍ਹਦਾ ਹੁੰਦਾ ਸੀ +2 ਦੀ +1 ਦੀ ਮੈਂ ਮੈਥ ਦੀ ਟਿਊਸ਼ਨ ਪੜ੍ਹਦਾ ਸੀ ਕਿਉਂਕਿ ਮੇਰਾ ਨੌਨ ਮੈਡੀਕਲ ਰੱਖਿਆ ਸੀ ਅਰਸ਼ ਵੀ ਉੱਥੇ ਟਿਊਸ਼ਨ ਪੜ੍ਹਨਾ ਉਹਨਾਂ ਦਾ ਹੀ ਅਸੀਂ ਇਕੱਠੇ ਹੋ ਜਾਂਦੇ ਹੁੰਦੇ ਸੀ ਕਿਉਂਕਿ ਇੱਕ ਸਟੂਡੈਂਟ ਸੀ ਉਦੋਂ ਤਾਂ ਇਹ ਤਾਂ ਗੱਲ ਹੀ 13-14 ਸਾਲ ਪੁਰਾਣੀ ਉੱਠ ਗਈ ਅਤੇ ਅਸੀਂ ਇਕੱਠੇ ਮਿਲਦੇ ਹੁੰਦੇ ਸੀ ਉੱਥੇ ਅਤੇ ਮੈਂ ਕਿਹਾ ਸੀ ਮੇਰੀ ਉਹ ਗੱਲ ਨਹੀਂ ਮੋੜਦਾ ਗਾ ਵੀ ਜੇ ਉਹਨੂੰ ਮੈਂ ਕਹਿ ਵੀ ਦੇਵਾਂ ਵੀ ਆਏ ਨਹੀਂ ਆਏ ਉਹਨੇ ਕਹਿੰਦਾ ਠੀਕ ਆ ਅਤੇ ਇਹਦਾ ਲਿਹਾਜ਼ ਹੁੰਦੀ ਅਤੇ ਯਾਰਾਂ ਦੋਸਤਾਂ 'ਤੇ ਮਾਣ ਹੁੰਦਾ ਸੀ। ਫਿਰ ਆਉਂਦੀ ਆ ਗੱਲ ਦਵਿੰਦਰ ਦੀ। ਜਦੋਂ ਮੈਂ ਢੁੱਡੀ ਕੇ ਪੜ੍ਹਿਆ ਵਾਂ ਉੱਥੇ ਮੇਰੀ ਲਿਹਾਜ਼ ਕਾਫੀ ਬੰਦਿਆਂ ਨਾਲ ਪਈ ਆ ਅਤੇ ਮੈਨੂੰ ਨਹੀਂ ਪਤਾ ਸੀ ਗਰੁੱਪ ਕੀ ਹੁੰਦੇ ਕਿਉਂਕਿ ਹੁਣ 14-15 ਸਾਲ ਇਸ ਗੱਲ ਨੂੰ ਹੋ ਗਏ ਅਤੇ ਡਾਲੇ ਦੁਕਾਨ ਕਰਕੇ ਕਈ ਬੰਦਿਆਂ ਕੋਲ ਮੇਰੀ ਆਉਣੀ ਜਾਣੀ ਹੁੰਦੀ ਸੀ ਅਤੇ ਉੱਥੇ ਜਦੋਂ ਮੈਂ ਅਸੀਂ ਇਹ ਇਕੱਠੇ ਹੁੰਦੇ ਸੀਗੇ ਬੰਦੇ ਕਾਫੀ ਘਰ ਹੁੰਦਾ ਸੀ ਉੱਥੇ ਸਾਡੀ ਆਉਣੀ ਜਾਣੀ ਹੁੰਦੀ ਸੀ ਅਤੇ ਬਾਅਦ 'ਚ ਜਦੋਂ ਉਹਦਾ ਮਰਡਰ ਹੁੰਦਾ ਪੁਲਿਸ ਇਨਕਾਊਂਟਰ ਕਰਦੀ ਅਤੇ ਸਾਨੂੰ ਬਾਅਦ 'ਚ ਗੱਲਬਾਤ ਕਹੀ ਕਹਿੰਦੇ ਮਹਿਰੋਂ ਵਾਲਾ ਯਾਰ ਉਹ ਬੰਦੇ ਦਾ ਇਨਕਾਊਂਟਰ ਹੋ ਗਿਆ ਵੀ ਇੱਥੇ ਆਪਣੇ ਕੋਲ ਆਉਂਦਾ ਹੁੰਦਾ ਸੀ। ਆਹ ਗੱਲਾਂ ਬਾਤਾਂ ਮੈਂ ਉਹਦੇ ਵਿੱਚ ਕੀਤੀਆਂ। ਹੁਣ ਇਹਦੇ ਵਿੱਚ ਮੈਂ ਕੀ ਮਾੜਾ ਕਰਤਾ ਸਾਰਿਆਂ ਦਾ? ਇਹਦੇ ਵਿੱਚ ਕਿਸੇ ਬੰਦੇ ਨੇ ਗਲਤੀ ਕੀਤੀ ਉਹਨੂੰ ਫੜਨ ਦਾ ਤਰੀਕਾ ਦੱਸਿਆ ਬਾਬਾ ਜੀ ਅਸੀਂ ਐਂ ਵੀ ਫੜ ਲੈਂਦੇ ਹਾਂ। ਇਹਦੇ ਵਿੱਚ ਜੇ ਕੁੜੀ ਪੁਲਿਸ ਤੋਂ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਸਿੰਘਾਂ ਤੋਂ ਕਾਰਵਾਈ ਕਰਾਉਣੀ ਚਾਹੁੰਦੀ ਤਾਂ ਸਾਨੂੰ ਫਿਰ ਕੁੜੀ ਕੋਲੇ ਚਾਹੀਦੀ ਸੀ ਅਸੀਂ ਫੇਰ ਸਜ਼ਾ ਦੇਵਾਂਗੇ ਇਹਦੇ 'ਚ ਕੀ ਮਾੜੀ ਕਰਤੀ? ਇਹਦੇ 'ਚ ਕੀ ਦੱਸਤਾ ਵੀ ਮੈਂ ਆਪਦੀ ਆਪਦੇ ਸੇਫਟੀ ਲਈ ਦੱਸਿਆ ਵੀ ਮੇਰੀ ਗੋਲਡੀ ਬਰਾਡ ਨੇ ਕਾਲ ਰਿਕਾਰਡ ਕਰਕੇ ਪਾਤੀ ਸੀ ਬਾਈ ਉਦੋਂ ਬਾਅਦ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਤਾਂ ਹੀ ਮੈਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ ਬਈ ਗੱਲ ਰਿਕਾਰਡ ਕਰਕੇ ਲੀਕ ਕਰ ਦਿੰਦੇ ਸਾਨੂੰ ਪ੍ਰੋਬਲਮ ਆਉਂਦੀ ਪੰਜਾਬ ਦੇ ਵਿੱਚ ਇਹਦੇ 'ਚ ਮੇਰੀਆਂ ਕਿਹੜੀਆਂ ਕਰਤੂਤਾਂ ਮੇਰੇ ਕਿਹੜੇ ਲਿੰਕ ਆ? ਜੇ ਉੱਥੇ ਟਿਊਸ਼ਨ 'ਤੇ 5-6 ਮਹੀਨੇ ਜਾਂ ਸਾਲ ਮੈਂ ਅਰਸ਼ ਨਾਲ ਪੜ੍ਹ ਲਿਆ 15 ਸਾਲ ਪਹਿਲਾਂ ਨਾ ਉਹ ਗੈਂਗਸਟਰ ਸੀ ਅਤੇ ਨਾ ਮੇਰੇ ਬਾਣਾ ਪਾਇਆ ਹੋਇਆ ਸੀ ਅਤੇ ਇਹ 'ਚ ਮੈਂ ਕੀ ਮਾੜਾ ਕਰਤਾ ਪੰਥ ਦਾ? ਮਾੜਾ ਜਿਹਾ ਵਿਚਾਰ ਲਿਆ ਕਰੋ। ਇਹ ਮੈਂ ਪੰਥ ਨੂੰ ਸਿੱਖਾਂ ਨੂੰ ਮੈਂ ਵੀਰ ਭੈਣ ਪਰਿਵਾਰ ਜਿਹੜੇ ਮੈਨੂੰ ਪ੍ਰੇਮ ਕਰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਮੈਨੂੰ ਕਿਸੇ ਵੀ ਹੱਦ ਤੱਕ ਬਦਨਾਮ ਕੀਤਾ ਜਾ ਸਕਦਾ। ਮੈਂ ਉਹ ਕੰਮ ਮਹਾਰਾਜ ਨੇ ਮੇਰੇ ਤੋਂ ਕਰਵਾ ਲਿਆ ਜਿਹੜਾ ਕੰਮ ਬਹੁਤ ਟਾਈਮ ਤੋਂ ਹੋ ਰਿਹਾ ਕਰਤੂਤਾਂ ਹੋ ਰਹੀਆਂ ਸੀ ਪਰ ਜੱਗ ਜ਼ਾਹਰ ਨਹੀਂ ਸੀ ਅਤੇ ਆਪਾਂ ਉਹ ਬਈ ਜੱਗ ਜ਼ਾਹਰ ਕਰਕੇ ਬੰਦੇ ਦੋ ਮੂੰਹ ਨਾਲ ਕਹਿ ਦੇਣੇ ਦੋ ਬੰਦੇ ਸਲਾਖਾਂ ਪਿੱਛੇ ਆ ਰੇਪ ਕੇਸ ਦੇ ਵਿੱਚ। ਅਸਲ ਦੇ ਵਿੱਚ ਪਤਾ ਕੀ ਆ ਪੰਥ ਨੂੰ ਮੈਂ ਦੱਸਣਾ ਚਾਹੁੰਦਾ ਨਾਨਕ ਸਰ ਦੇ ਕਿਸੇ ਬਾਬੇ ਬਾਰੇ ਕਿਸੇ ਬੱਚੇ ਨੇ ਸਾਡੇ ਕੋਲ ਆ ਕੇ ਪਹੁੰਚ ਕੀਤੀ ਆ ਹੁਣ ਥੋੜ੍ਹੇ ਦਿਨ ਪਹਿਲਾਂ ਵੀ ਮੇਰੇ ਨਾਲ ਵੀ ਇਹ ਕਰਤੂਤ ਆ ਫਲਾਨੇ ਬਾਬੇ ਨੇ ਕੀਤੀ ਅਤੇ ਅਸੀਂ ਕਿਹਾ ਵੀ ਸ਼ਾਇਦ ਇਹ ਝੂਠ ਨਾ ਬੋਲਦਾ ਵੀ ਅਸੀਂ ਇਹਨਾਂ ਰਾਹੀਂ ਹੀ ਪਤਾ ਕੀਤਾ ਸੀ ਬਈ ਆਹ ਗੱਲ ਸੱਚੀ ਆ ਇਹ ਹੁਣ ਮੰਨ ਗਏ ਵੀ ਸੱਚੀ ਆ ਇਹਨਾਂ ਦੀ ਰਿਕਾਰਡਿੰਗ ਵੀ ਸੱਚੀ ਆ ਅਤੇ ਇਹਨਾਂ ਨੂੰ ਕਿਹਾ ਸੀ ਅਸੀਂ ਐਕਸ਼ਨ ਲਵਾਂਗੇ ਅਸੀਂ ਚੁੱਪ ਤਾਂ ਸੀਗੇ ਵੋਟਾਂ ਕਰਕੇ ਅਸੀਂ ਚੁੱਪ ਤਾਂ ਸੀ ਅਕਾਲ ਤਖ਼ਤ ਸਾਹਿਬ ਦਾ ਮਸਲਾ ਚੱਲਦਾ ਕਰਕੇ ਲੋਕ ਇਹ ਨਾ ਕਹਿਣ ਵੀ ਭਾਈ ਮਹਿਰੋਂ ਨੇ ਜਾਣ ਕੇ ਇੱਧਰ ਧਿਆਨ ਭੜਕਾ ਲਿਆ। ਵਾਹਿਗੁਰੂ ਜੀ ਕਾ ਖਾਲਸਾ।